ਲਓ ਜੀ, ਉਡੀਕਦੀਆਂ ਕੜੀਆਂ ਹੋਈਆਂ ਖਤਮ। ਤੁਹਾਨੂੰ ਇੰਤਜ਼ਾਰ ਸੀ ਸਾਡੀ ਰੋਜ਼ ਵਾਲੀ ਨਵੀਂ ਵੀਡੀਓ ਦਾ, ਔਰ ਸਾਨੂੰ ਇੰਤਜ਼ਾਰ ਸੀ, ਸਾਨੂੰ ਉਡੀਕ ਸੀ ਤੁਹਾਡੇ ਸਾਡੇ ਚੈਨਲ 'ਤੇ ਸ਼ਿਰਕਤ ਫਰਮਾਉਣ ਦੀ। ਔਰ ਤੁਸੀਂ ਸਾਡੇ ਚੈਨਲ 'ਤੇ ਆ ਗਏ ਔਰ ਸਾਡੀ ਵੀਡੀਓ 'ਤੇ ਤੁਸੀਂ ਆਨੰਦ ਮਾਣਨਾ ਸ਼ੁਰੂ ਕਰ ਦਿੱਤਾ। ਲੇਕਿਨ ਵੀਡੀਓ ਦਾ ਆਨੰਦ ਮਾਣਨ ਤੋਂ ਪਹਿਲਾਂ ਇੱਕ ਪ੍ਰੋਮਿਸ ਸਾਡੇ ਨਾਲ ਕਰ ਲਓ ਕਿ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ ਅਤੇ ਕਮੈਂਟ ਵੀ ਕਰੋਗੇ, ਔਰ ਚੈਨਲ ਸਾਡਾ ਸਬਸਕ੍ਰਾਈਬ ਕਰੋਗੇ, ਬੈਲ ਪ੍ਰੈਸ ਕਰੋਗੇ ਤਾਂ ਕਿ ਇਸ ਚੈਨਲ ਦਾ ਤੁਸੀਂ ਜੁੜ ਜਾਵੋ ਗੂੜੀ ਤਰ੍ਹਾਂ। ਔਰ ਜਿਹੜੀ ਵੀਡੀਓ ਅਸੀਂ ਰੋਜ਼ ਪਾਉਂਦੇ ਹਾਂ, ਜਿਹੜੀ ਨੋਟੀਫਿਕੇਸ਼ਨ ਉਸਦੀ ਆ, ਤੁਹਾਨੂੰ ਮਿਲਦੀ ਰਹੇ ਔਰ ਤੁਸੀਂ ਰਵਾ ਪਰਮਜੀਤ ਚੈਨਲ ਦਾ ਅਟੁੱਟ ਹਿੱਸਾ ਬਣ ਜਾਵੋ। ਇੱਕ ਗੱਲ ਦਾ ਖਿਆਲ ਰੱਖਣਾ ਕਿ ਜੇ ਚੈਨਲ ਸਬਸਕ੍ਰਾਈਬ ਕਰਨ ਦੇ ਬਾਵਜੂਦ ਔਰ ਬੈਲ ਪ੍ਰੈਸ ਕਰਨ ਦੇ ਬਾਵਜੂਦ ਤੁਹਾਨੂੰ ਵੀਡੀਓ ਨਾ ਵੀ ਮਿਲੇ ਨੋਟੀਫਿਕੇਸ਼ਨ, ਤਾਂ ਤੁਸੀਂ ਸਿਰਫ ਕੰਮ ਇੰਨਾ ਕਰਨਾ ਕਿ ਯੂਟਿਊਬ 'ਤੇ ਜਾ ਕੇ ਸਾਡੇ ਚੈਨਲ ਦਾ ਨਾਂ ਰਵਾ ਪਰਮਜੀਤ ਬੋਲ ਗਿਆ ਲਿਖ ਕੇ ਕਰ ਲਓ, ਔਰ ਲੇਟੈਸਟ ਵੀਡੀਓ ਤੁਹਾਡੇ ਰੂਬਰੂ ਹੋਏਗੀ, ਤੁਸੀਂ ਵੀਡੀਓ ਦਾ ਆਨੰਦ ਮਾਣ ਸਕਦੇ ਹੋ। ਇੱਕ ਸੁਝਾਅ ਆਪਣੇ ਚੈਨਲ ਵਾਸਤੇ ਤੁਹਾਨੂੰ ਦੇਣਾ ਚਾਹਾਂਗਾ, ਜਿਨ੍ਹਾਂ ਦੋਸਤਾਂ ਨੇ ਬਹੁਤ ਸਮਾਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਸੀ, ਬੈਲ ਪ੍ਰੈਸ ਕੀਤੀ, ਲੇਕਿਨ ਉਹਨਾਂ ਨੂੰ ਅਚਾਨਕ ਨੋਟੀਫਿਕੇਸ਼ਨ ਨਹੀਂ ਮਿਲ ਰਹੀਆਂ, ਉਹਨਾਂ ਵਾਸਤੇ ਸੁਝਾਅ ਇਹ ਹੈ ਕਿ ਉਹ ਇੱਕ ਵਾਰ ਸਾਡੇ ਚੈਨਲ ਨੂੰ ਅਨਸਬਸਕ੍ਰਾਈਬ ਕਰਨ, ਮੁੜ ਕੇ ਸਬਸਕ੍ਰਾਈਬ ਕਰਨ, ਬੈਲ ਪ੍ਰੈਸ ਕਰਨ ਔਰ ਆਲ ਨੋਟੀਫਿਕੇਸ਼ਨ ਪ੍ਰੈਸ ਕਰਨ, ਤਾਂ ਕਿ ਰੁਕੀ ਹੋਈ ਜਿਹੜੀ ਨੋਟੀਫਿਕੇਸ਼ਨ ਹੈ ਉਹਨਾਂ ਨੂੰ ਫਿਰ ਤੋਂ ਲਗਾਤਾਰ ਮਿਲਣੀਆਂ ਸ਼ੁਰੂ ਹੋ ਜਾਣ। ਸਾਡੇ ਚੈਨਲ ਦਾ ਮਕਸਦ ਦੋਸਤੋ, ਪੰਜਾਬੀ ਵਿਆਹਾਂ ਦੇ ਨਾਲ ਸੰਬੰਧਿਤ ਜਿੰਨੇ ਵੀ ਰਸਮੋ ਰਿਵਾਜ਼ ਨੇ ਉਹਨਾਂ ਨੂੰ ਆਪਣੇ ਚੈਨਲ 'ਤੇ ਅਪਲੋਡ ਕਰਨਾ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ, ਉਹ ਪੰਜਾਬੀ ਵਿਆਹਾਂ ਦੀ ਸ਼ਾਨੋ ਸ਼ੌਕਤ ਨੂੰ ਵੇਖ ਸਕਣ। ਔਰ ਇੱਕ ਮਕਸਦ ਹੋਰ ਵੀ ਹੈ ਕਿ ਇਸ ਲਈ ਵੀ ਅਸੀਂ ਵਿਆਹ ਦੀ ਵੀਡੀਓ ਆਪਣੇ ਚੈਨਲ 'ਤੇ ਪਾ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ, ਉਹ ਅਕਸਰ ਯੂਟਿਊਬ ਨੂੰ ਸਰਚ ਕਰਦੇ ਨੇ ਵੱਖਰੀਆਂ ਵੱਖਰੀਆਂ ਰਸਮਾਂ ਦੇ ਨਵੇਂ ਨਵੇਂ ਆਈਡੀਆ ਲੈਣ ਵਾਸਤੇ, ਔਰ ਤੁਹਾਡੀ ਵੀਡੀਓ ਉਹਨਾਂ ਨੂੰ ਇੱਕ ਨਵਾਂ ਆਈਡੀਆ ਦੇ ਸਕਦੀ ਹੈ। ਮੈਂ ਮਹਿਸੂਸ ਕਰਦਾ ਤੁਸੀਂ ਇਸ ਬੇਨਤੀ ਨੂੰ ਸਵੀਕਾਰੋਗੇ, ਆਪਣੇ ਵਿਆਹ ਦੀ ਵੀਡੀਓ ਦੇਵੋਗੇ, ਅਸੀਂ ਤੁਹਾਨੂੰ ਕਾਪੀ ਕਰਨ ਤੋਂ ਬਾਅਦ ਵਾਪਸ ਕਰ ਦਿਆਂਗੇ, ਲੇਕਿਨ ਸਮਾਜ ਵਾਸਤੇ ਤੁਹਾਡਾ ਯੋਗਦਾਨ ਹਮੇਸ਼ਾ ਪ੍ਰਸ਼ੰਸਾਯੋਗ ਰਹੇਗਾ। ਸਾਡੇ ਚੈਨਲ ਦੀ ਜਿਹੜੀ ਦੂਸਰੀ ਕੋਸ਼ਿਸ਼ ਹੈ ਦੋਸਤੋ, ਪੰਜਾਬੀ ਲੋਕ ਆਰੂਪਾਂ ਜਿਵੇਂ ਘੋੜੀਆਂ, ਸੁਹਾਗ, ਟੱਪੇ, ਮਾਹੀਆਂ, ਬੋਲੀਆਂ ਨੂੰ ਆਪਣੇ ਚੈਨਲ 'ਤੇ ਅਪਲੋਡ ਕਰਨਾ, ਤਾਂ ਕਿ ਇਹ ਮਹਾਨ ਵਿਰਸਾ ਵੀ ਯੂਟਿਊਬ ਦੀ ਕੌਮ ਲਿਖੜੀ ਵਿੱਚ ਸੰਭਾਲਿਆ ਜਾ ਸਕੇ। ਕਿਤਾਬਾਂ ਵਿੱਚ ਤਾਂ ਹੈ, ਲੇਕਿਨ ਯੂਟਿਊਬ ਨੂੰ ਲੋਕ ਜ਼ਿਆਦਾ ਸਰਚ ਕਰਦੇ ਨੇ। ਤੁਸੀਂ ਇਸ ਪੱਖੋਂ ਸਾਡਾ ਯੋਗਦਾਨ ਦੇ ਸਕਦੇ ਹੋ, ਯੋਗਦਾਨ ਦੇਣ ਲਈ ਤੁਸੀਂ ਕਰਨਾ ਸਿਰਫ ਇੰਨਾ ਕਿ ਸਾਡੇ ਚੈਨਲ 'ਤੇ ਯੋਗਦਾਨ ਦੇਣ ਲਈ ਤੁਸੀਂ ਸਿਰਫ ਇੰਨਾ ਕਰਨਾ ਕਿ ਜੇ ਤੁਹਾਨੂੰ ਵੀ ਪੰਜਾਬੀ ਲੋਕ ਆਰੂਪਾਂ ਵਿੱਚੋਂ ਸੁਹਾਗ, ਕੁੜੀਆਂ, ਟੱਪੇ, ਮਾਹੀਏ, ਬੋਲੀਆਂ 'ਚ ਕੁਛ ਵੀ ਗਾਉਣਾ ਆਉਂਦਾ ਹੋਵੇ ਤਾਂ ਸਾਨੂੰ ਆਪਣੀ ਵੀਡੀਓ ਬਣਾ ਕੇ ਭੇਜੋ, ਅਸੀਂ ਆਪਣੇ ਚੈਨਲ 'ਤੇ ਪਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ।
ਵੀਡੀਓ ਬਣਾਉਣ ਤੋਂ ਪਹਿਲਾਂ ਸਾਨੂੰ ਪੁੱਛ ਲੈਣਾ, ਸਾਨੂੰ ਕਾਲ ਕਰਕੇ ਅਸੀਂ ਤੁਹਾਨੂੰ ਸਾਰਾ ਕੁਝ ਸਮਝਾ ਦਿਆਂਗੇ ਵੀਡੀਓ ਬਣਾਉਣੀ ਕਿਵੇਂ ਔਰ ਭੇਜਣੀ ਕਿਵੇਂ ਹੈ। ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋਗੇ, ਅਸੀਂ ਆਪਣੇ ਚੈਨਲ 'ਤੇ ਪਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ। ਓਕੇ ਦੋਸਤੋ, ਲੇਕਿਨ ਸਾਡੇ ਚੈਨਲ 'ਤੇ ਵੀਡੀਓਜ਼ ਤੋਂ ਲੱਭਣ ਦਾ ਸੌਖਾ ਤਰੀਕਾ, ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਸਦਾ ਨਾਂ ਲਿਖੋ ਔਰ ਸਾਡੇ ਚੈਨਲ ਦਾ ਨਾਂ ਲਿਖੋ। ਜਿਵੇਂ ਘੋੜੀਆਂ ਰੰਧਾਵਾ ਪਰਮਜੀਤ, ਛੰਦ ਰੰਧਾਵਾ ਪਰਮਜੀਤ, ਜਾਗੋ ਰੰਧਾਵਾ ਪਰਮਜੀਤ, ਸ਼ਨੀਆ ਰੰਧਾਵਾ ਪਰਮਜੀਤ, ਤੁਹਾਨੂੰ ਵੀਡੀਓ ਮਿਲ ਜਾਏਗੀ, ਤੁਸੀਂ ਇੰਜੋਏ ਕਰ ਸਕਦੇ ਹੋ। ਓਕੇ ਦੋਸਤੋ, ਥੈਂਕ ਯੂ ਵੈਰੀ ਮੱਚ, ਟੇਕ ਕੇਅਰ, ਬਾਬਾ। ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਰੈੱਡ ਲਾਲ ਕਲਰ ਵਿੱਚ, ਔਰ ਇਹਦੇ ਦੁਆਲੇ ਇੱਕ ਸਰਕਲ ਲੱਗ ਰਿਹਾ ਹੈ, ਤੁਸੀਂ ਇਸ ਨੂੰ ਪ੍ਰੈਸ ਕਰਨਾ ਹੈ। ਔਰ ਉਸ ਤੋਂ ਬਾਅਦ ਦੂਸਰੇ ਪਾਸੇ ਜਿਹੜੀ ਬੈੱਲ ਹੈ ਉਹਦੇ ਦੁਆਲੇ ਸਰਕਲ ਲੱਗ ਰਿਹਾ ਹੈ, ਤੁਸੀਂ ਜਿੱਥੇ ਸਰਕਲ ਲੱਗ ਰਿਹਾ ਹੈ ਇੱਕ, ਤੁਸੀਂ ਉਸ ਨੂੰ ਪ੍ਰੈਸ ਕਰਨਾ ਹੈ ਔਰ ਫਿਰ ਆਲ 'ਤੇ ਪ੍ਰੈਸ ਕਰਨਾ ਹੈ, ਔਰ ਇਸ ਦੇ ਨਾਲ ਤੁਹਾਡਾ ਨੋਟੀਫਿਕੇਸ਼ਨ ਜਿਹੜੀ ਹੈ ਆਲ ਔਨ ਹੋ ਜਾਣਗੀਆਂ। ਥੈਂਕ ਯੂ ਵੈਰੀ ਮੱਚ। ਰੰਧਾਵਾ ਪਰਮਜੀਤ ਯੂਟਿਊਬ ਚੈਨਲ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਅਮਰਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਰੰਧਾਵਾ ਪਰਮਜੀਤ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਹੀ ਬੈਲ ਆਇਕਨ ਜ਼ਰੂਰ ਦਬਾ ਲੈਣਾ। ਇਸ ਚੈਨਲ ਤੇ ਜਿਹੜੀ ਵੀ ਸਾਡੀ ਨਵੀਂ ਵੀਡੀਓ ਹੁੰਦੀ ਹੈ ਆਪ ਤੱਕ ਪਹੁੰਚਦੀ ਰਹੇ। ਅੱਜ ਮੈਂ ਤੁਹਾਨੂੰ ਡੋਲੀ ਦਾ ਗੀਤ ਸੁਣਾਉਣ ਜਾ ਰਹੀ ਹਾਂ, ਉਮੀਦ ਕਰਦੀ ਹਾਂ ਆਪ ਨੂੰ ਪਸੰਦ ਆਏਗਾ। ਲਓ ਜੀ ਸੁਣੋ ਡੋਲੀ ਦਾ ਗੀਤ। ਬੋਲਨੀ ਮੇਰੀ ਬਣਤਾਣ ਕੋਲਾ ਦੇਸ
ਬਚਨਾ ਦੀ ਬਾਦੜੀ ਮੈਂ ਚੱਲੀਆਂ, ਇੱਕ ਬਚਨ ਮੇਰੇ ਵੀਰੇ ਨੇ ਕੀਤਾ। ਬਚਨਾ ਦੀ ਬਾਦੜੀ ਮੈਂ ਚੱਲੀਆਂ, ਪਾਵ ਦਾਜ ਪਛਾਵਣ ਮੈਂ ਚੱਲੀਆਂ, ਪਾਵ ਮੇਰੀ ਨੇ ਦਾਜ ਬਣਾਇਆ, ਦਾਜ ਪਛਾਵਣ ਮੈਂ ਚੱਲੀਆਂ, ਦੇਸ ਬਗਾਦੜੇ ਕਿਉਂ ਚੱਲੀਆਂ, ਬੋਲਨੀ ਮੇਰੀ ਬਣਤਣ ਕੋਲਾ, ਦੇਸ ਬਗਾਦੜੇ ਕਿਉਂ ਚੱਲੀਆਂ। ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਰਧਾਵਾ ਪਰਮਜੀਤ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਔਰ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਲੈਣਾ। ਇਸ ਚੈਨਲ ਤੇ ਜਿਹੜੀ ਵੀ ਨਵੀਂ ਵੀਡੀਓ ਆਉਂਦੀ ਆ ਆਪ ਤੱਕ ਪਹੁੰਚਦੀ ਰਹੇ। ਇਹ ਤੁਹਾਨੂੰ ਮੈਂ ਹੁਣ ਲੋਕ ਗੀਤ ਸੁਣਾਉਣ ਜਾ ਰਹੀ ਹਾਂ, ਇਹ ਵੀ ਡੋਲੀ ਦਾ ਗੀਤ ਹੈ, ਲਓ ਜੀ ਸੁਣੋ। ਇੱਕ ਨਾ ਬੀਜੀ ਬੇਕਾਨਾ ਜੋ ਛੋਲੇ, ਦੂਜੀ ਨਾ ਬੀਜੀ ਵੇ ਜਵਾਰ, ਇੱਕ ਨਾ ਬੀਜੀ ਬੇਕਾਨਾ ਜੋ ਛੋਲੇ, ਦੂਜੀ ਨਾ ਬੀਜੀ ਵੇ ਜਵਾਰ, ਖਾਦੇ ਨਾ ਜਾਂਦੇ ਵੇ ਸਾਥੋਂ ਜੋ ਛੋਲੇ, ਪੀਸੀ ਨਾ ਜਾਂਦੀ ਵੇ ਜਵਾਰ, ਖਾਦੇ ਨਾ ਜਾਂਦੇ ਵੇ ਸਾਥੋਂ ਜੋ ਛੋਲੇ, ਪੀਸੀ ਨਾ ਜਾਂਦੀ ਵੇ ਜਵਾਰ, ਇੱਕ ਨਾ ਮਾਰੀ ਵੇ ਕਾਨਾ ਬੈਂਤ ਸੋਟੀ, ਦੂਜੀ ਨਾ ਕੱਢੀ ਮਾਂ ਦੀ ਗਾਲ, ਇੱਕ ਨਾ ਮਾਰੀ ਵੇ ਕਾਨਾ ਬੈਂਤ ਸੋਟੀ, ਦੂਜੀ ਨਾ ਕੱਢੀ ਮਾਂ ਦੀ ਗਾਲ, ਹੱਡਾਂ ਨੂੰ ਖਾ ਗਈ ਵੇ ਕਾਨਾ ਬੈਂਤ ਸੋਟੀ, ਸੀਨੇ ਨੂੰ ਖਾ ਗਈ ਮਾਂ ਦੀ ਗਾਲ, ਹੱਡਾਂ ਨੂੰ ਖਾ ਗਈ ਵੇ ਕਾਨਾ ਬੈਂਤ ਸੋਟੀ, ਕਲੇਜੇ ਨੂੰ ਖਾ ਗਈ ਮਾਂ ਦੀ ਗਾਲ, ਇੱਕ ਨਾ ਬੀਜੀ ਵੇ ਕਾਨਾ ਜੋ ਛੋਲੇ, ਦੂਜੀ ਨਾ ਬੀਜੀ ਵੇ ਜਵਾਰ, ਇੱਕ ਨਾ ਬੀਜੀ ਵੇ ਕਾਨਾ ਜੋ ਛੋਲੇ, ਦੂਜੀ ਨਾ ਬੀਜੀ ਵੇ ਜਵਾਰ। ਧੰਨਵਾਦ ਜੀ।